ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਹਾਂ ਤੁਹਾਡਾ ਮਨਵੀਰ ਸੱਬਰਵਾਲ। ਅੱਜ ਜਲੰਧਰ ਦੇ ਤੀਨਾ ਦੇ ਇੱਕ ਮਿਆਰ ਮੰਡੀ ਦੇ ਵਿੱਚ ਆਏ ਆ ਕਿਉਂਕਿ ਜਿਸ ਤਰ੍ਹਾਂ ਦੀਵਾਲੀ ਦਾ ਸੀਜ਼ਨ ਆ ਰਿਹਾ ਹੈ ਤੇ ਇਹਨਾਂ ਲੋਕਾਂ ਦਾ ਵੀ ਜਿਹੜਾ ਕੰਮ ਲਗਾਤਾਰ ਵਾਧਾ ਹੋਇਆ ਨਜ਼ਰ ਆ ਰਿਹਾ, ਚਾਹੇ ਦੀਵਿਆਂ ਦੀ ਗੱਲ ਕਰ ਲਈਏ ਚਾਹੇ ਹੱਟੀਆਂ ਦੀ ਗੱਲ ਕਰ ਲਈਏ। ਇਸ ਦੇ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ ਕਿ ਇਹ ਹੱਟੀਆਂ ਕਿਸ ਕੰਮ ਆਉਂਦੀਆਂ। ਉਸ ਦੇ ਨਾਲ ਪਹਿਲੇ ਦੀਵੇ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਤਿਆਰ ਹੁੰਦੇ ਨੇ, ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ ਜੇ ਗੱਲ ਕਰੀਏ ਕਿਤੇ ਨਾ ਕਿਤੇ ਕੁਝ ਸਮੇਂ ਪਹਿਲਾਂ ਜਿਹੜਾ ਇਹਨਾਂ ਦਾ ਕੰਮ ਬਿਲਕੁਲ ਜਿਹੜਾ ਠੱਪ ਆਉਂਦਾ ਨਜ਼ਰ ਆ ਰਿਹਾ ਸੀ, ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਮੇਕ ਇਨ ਇੰਡੀਆ ਦਾ ਨਾਰਾ ਲਾ ਕੇ ਵੀ ਜਿਹੜਾ ਹੱਥ ਦਾ ਬਣਿਆ ਸਮਾਨ ਹੈ ਉਸ ਦਾ ਇਸਤੇਮਾਲ ਜਿਹੜਾ ਤਿਉਹਾਰਾਂ ਦੇ ਉੱਪਰ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਤੇ ਮਿੱਟੀ ਦਾ ਬਣਿਆ ਸਮਾਨ ਲੋਕ ਜਿਹੜਾ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਲੋਕਾਂ ਦਾ ਵੀ ਕੰਮ ਜਿਹੜਾ ਚੱਲਣ ਲੱਗ ਪਿਆ। ਜੇ ਦੀਵਿਆਂ ਦੀ ਵੀ ਗੱਲ ਕਰੀਏ ਤੇ ਦੀਵੇ ਵੀ ਲੋਕ ਜਿਹੜੇ ਖਰੀਦਣੇ ਸ਼ੁਰੂ ਹੋ ਗਏ ਕਿ ਜਿਹੜੇ ਕੁਝ ਸਮਾਂ ਪਹਿਲੇ ਦੀਵਿਆਂ ਦੀ ਥਾਂ ਚਾਈਨੀਜ਼ ਸਮਾਨ ਨੇ ਲੱਲੀ ਸੀ, ਲੜੀਆਂ ਨੇ ਲੱਲੀ ਸੀ ਜਾਂ ਪਲਾਸਟਿਕ ਦੇ ਵੀ ਦੀਵੇ ਜਿਹੜੇ ਆਣੇ ਸ਼ੁਰੂ ਹੋ ਗਏ ਸਨ। ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਰੋਜ਼ਗਾਰ ਇਹਨਾਂ ਦਾ ਜਿਹੜਾ ਉਹ ਬਿਲਕੁਲ ਠੱਪ ਹੁੰਦਾ ਨਜ਼ਰ ਆ ਰਿਹਾ ਸੀ। ਦੀਵੇ ਕਿਸ ਤਰ੍ਹਾਂ ਤਿਆਰ ਹੁੰਦੇ ਉਸਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਪੂਰੀ ਲਵਾਂਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੇਕ ਇਨ ਇੰਡੀਆ ਦਾ ਨਾਰਾ ਜਦੋਂ ਲੱਗਿਆ ਉਸ ਤੋਂ ਬਾਅਦ ਜਿਹੜਾ ਹੱਥ ਦਾ ਬਣਿਆ ਮਿੱਟੀ ਦਾ ਸਮਾਨ ਉਹ ਜਿਹੜਾ ਮਾਰਕੀਟ ਦੇ ਵਿੱਚ ਵਿਕਣਾ ਸ਼ੁਰੂ ਹੋ ਗਿਆ। ਅੰਕਲ ਜੀ ਹਾਂਜੀ ਅੰਕਲ ਜੀ ਮੌਜੂਦ ਹੈ ਸਾਡੇ ਨਾਲ ਗੱਲਬਾਤ ਕਰਦੇ ਆ। ਅੰਕਲ ਕੀ ਨਾਮ ਹੈ ਆਪਣਾ? ਵਿਜੇ ਕੁਮਾਰ। ਅੰਕਲ ਕੁਝ ਸਮਾਂ ਪਹਿਲਾਂ ਚਾਈਨੀਜ਼ ਸਮਾਨ ਨੇ ਬਿਲਕੁਲ ਜਿਹੜਾ ਦੀਵਿਆਂ ਦਾ ਕੰਮ ਠੱਪ ਕਰਕੇ ਰੱਖ ਦਿੱਤਾ ਸੀ, ਕੀ ਲੱਗਦਾ ਹੁਣ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਾਰਾ ਲਾਇਆ ਮੇਕ ਇਨ ਇੰਡੀਆ ਦਾ, ਲੋਕਾਂ ਨੂੰ ਅਪੀਲ ਕੀਤੀ ਕਿ ਮਿੱਟੀ ਦਾ ਬਣਿਆ ਸਮਾਨ ਜਿਹੜਾ ਇਸਤੇਮਾਲ ਕਰੋ, ਆਪਣੇ ਦੇਸ਼ 'ਚ ਜਿਹੜਾ ਸਮਾਨ ਬਣਦਾ ਉਸਦਾ ਜਿਹੜਾ ਸਮਾਨ ਦੀ ਵਰਤੋਂ ਕਰੋ? ਹਾਂਜੀ, ਪ੍ਰਧਾਨ ਮੰਤਰੀ ਦੇ ਨਾਰੇ ਨਾਲ ਸਾਨੂੰ ਬਹੁਤ ਫਰਕ ਪਿਆ ਜੀ। ਹੁਣ ਸਮਾਨ ਅੱਗੇ ਨਾਲੋਂ ਜ਼ਿਆਦਾ ਵਿਕਣਾ ਸ਼ੁਰੂ ਹੋ ਗਿਆ, ਪਹਿਲਾਂ ਇੰਨਾ ਸਮਾਨ ਨਹੀਂ ਵਿਕਦਾ ਸੀ ਮਿੱਟੀ ਦਾ ਜੀ। ਬਸਰ ਬੜੀ ਔਖੀ ਹੋ ਰਹੀ ਸੀ ਪਹਿਲਾਂ ਜੀ, ਸਾਨੂੰ ਫੈਕਟਰੀ ਵੀ ਜਾਣਾ ਪੈਂਦਾ ਸੀ ਕੰਮ ਕਰਨ, ਫਿਰ ਆ ਕੇ ਵੀ ਕੰਮ ਕਰਨਾ ਪੈਂਦਾ, ਜਾਂ ਸਵੇਰੇ ਕਰਕੇ ਵੀ ਜਾਣਾ ਪੈਂਦਾ ਸੀਗਾ ਜੀ। ਤੇ ਹੁਣ ਇਸ ਕੰਮ ਵਧਣ ਦੇ ਨਾਲ ਅਸੀਂ ਫੈਕਟਰੀ ਦਾ ਕੰਮ ਛੱਡ ਗਏ ਤੇ ਘਰ ਹੀ ਕੰਮ ਕਰਦੇ ਹਾਂ ਆਪਣਾ, ਇਹਦੇ ਨਾਲ ਸਾਡੀ ਚੰਗੀ ਗੁਜ਼ਰ ਬਸਰ ਹੋ ਰਹੀ ਆ ਪਹਿਲਾਂ ਨਾਲੋਂ। ਬਿਲਕੁਲ, ਜੇ ਗੱਲ ਕਰੀਏ ਅੰਕਲ ਕਿੰਨੇ ਮਹੀਨੇ ਕੰਮ ਜਿਹੜਾ ਚੱਲਦਾ ਦੀਵਿਆਂ ਦਾ? ਦੀਵੇ ਦਾ ਕੰਮ ਤਾਂ ਪਹਿਲਾਂ 2 ਮਹੀਨੇ ਚੱਲਦਾ ਹੁੰਦਾ ਸੀਗਾ ਜੀ, ਹੁਣ ਤਾਂ ਜਦੋਂ ਜੀ ਪ੍ਰਧਾਨ ਮੰਤਰੀ ਆਏ ਨੇ ਆਪਣੇ ਉਸ ਤੋਂ ਬਾਅਦ ਤਾਂ ਕੰਮ ਹੁਣ 12 ਮਹੀਨੇ ਚੱਲਦਾ ਜੀ। ਦੀਵਾਲੀ ਦੇ ਦੀਵੇ ਬਣਾਈ ਉਹ 12 ਮਹੀਨੇ 12 ਮਹੀਨੇ ਦੀਵੇ ਵਿਕਦੇ ਰਹਿੰਦੇ, ਲੋਕੀ ਮੰਦਰਾਂ 'ਚ ਬਹੁਤ ਜਲਾਉਂਦੇ 12 ਮਹੀਨੇ ਜੀ, ਸਤਸੰਗ ਸੁਣਦੇ ਆ, ਸਤਸੰਗ ਦਾ ਵੀ ਬਹੁਤ ਅਸਰ ਪਿਆ, ਸਤਸੰਗ ਡੇਲੀ ਵੇਜ ਲੋਕੀ ਦੀਵਾ ਬਾਲਦੇ ਅੱਜ ਕੱਲ੍ਹ ਜੀ ਮੰਦਰਾਂ 'ਚ, ਉਹਦੇ ਨਾਲ 12 ਮਹੀਨੇ ਦੀਵਾ ਵਿਕਦਾ। ਗੱਲ ਕਰੀਏ ਦੀਵਾਲੀ ਤੇ ਕਿੰਨੀ ਕੁ ਖਪਤ ਦੀਵਿਆਂ ਦੀ ਜਿਹੜੀ ਹੋ ਜਾਂਦੀ ਹੈ? ਦੀਵਾਲੀ ਤੇ ਤਾਂ ਦੀਵਾ ਘੱਟ ਤੋਂ ਘੱਟ 1 ਕਰੋੜ ਦੀਵਾ ਇੱਥੇ ਸਪਲਾਈ ਹੁੰਦਾ ਸਾਡੇ ਮੁਹੱਲੇ ਦੇ ਵਿੱਚ ਪੂਰੇ ਜੀ, 50 ਲੱਖ ਦੀਵਾ ਇੱਥੇ ਬਣ ਜਾਂਦਾ, 50 ਲੱਖ ਸਾਨੂੰ ਬਾਹਰੋਂ ਆਉਂਦਾ ਪੂਰੇ ਮੁਹੱਲੇ 'ਚ, ਤੇ 1 ਕਰੋੜ ਦੀਵਾ ਘੱਟ ਤੋਂ ਘੱਟ ਸਪਲਾਈ ਹੋ ਜਾਂਦੀ ਇੱਥੋਂ। ਇੱਕ ਦਿਨ 'ਚ ਕਿੰਨੇ ਦੀਵੇ ਬਣ ਜਾਂਦੇ? ਇੱਕ ਦਿਨ 'ਚ 3-4 ਹਜ਼ਾਰ ਦੀਵਾ ਬਣ ਜਾਂਦਾ, ਇੱਕ ਕਾਰੀਗਰ ਬਣਾ ਸਕਦਾ, ਛੋਟੇ ਵੱਡੇ ਦੋਵੇਂ। ਹਾਂਜੀ, ਵੱਡੇ ਦਾ 1000 ਕੋ ਬਣਦੇ ਆ। ਤੇ ਕਾਰੀਗਰ ਵੀ ਰੱਖੇ ਤੁਸੀਂ? ਕਾਰੀਗਰ ਤਾਂ ਨਹੀਂ ਰੱਖੇ ਸੀ, ਆਪ ਹੀ ਮਿਹਨਤ ਕਰੀ ਦੀ ਆ। ਕਿੰਨੇ ਮੈਂਬਰ ਉਹ ਕਰਦੇ ਜਿਹੜੇ ਮਿਹਨਤ ਕਰਦੇ ਆ ਨਾਲ ਤੁਹਾਡੇ? ਕਰਦੇ ਆ 4 ਮੈਂਬਰ ਜੀ, 4 ਹੀ ਮਿਹਨਤ ਕਰਦੇ ਆ ਤਾਂ ਜਾ ਕੇ ਫਿਰ ਦਿਹਾੜੀ ਬਣਦੀ ਆ, ਉੱਦਾਂ ਨਹੀਂ ਇਕੱਲੇ ਬੰਦਾ ਨਹੀਂ ਇਹਦੇ ਵਿੱਚ ਕਾਮਯਾਬ, ਮਤਲਬ ਪਹਿਲੇ ਨਾਲੋਂ ਕੰਮ ਵਧਿਆ। ਹਾਂਜੀ ਹਾਂਜੀ, ਪਹਿਲੇ ਨਾਲ ਤਾਂ ਬਹੁਤ ਫਰਕ ਪੈ ਗਿਆ ਕੰਮ ਦਾ। ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਲੋਕਾਂ ਨੂੰ ਅੰਕਲ ਕੀ ਅਪੀਲ ਕਰਨਾ ਚਾਹੁੰਦੇ ਹੋ? ਲੋਕ ਦੀਵੇ ਜਲਾਉਣ ਆਪਣੇ, ਮੋਮਬੱਤੀਆਂ ਨਾ ਜਲਾਉਣ, ਜ਼ਿਆਦਾ ਦੀਵੇ ਜਲਾਉਣੇ ਚਾਹੀਦੇ ਜ਼ਿਆਦਾ, ਕਿ ਹਿੰਦੂ ਧਰਮ 'ਚ ਜ਼ਿਆਦਾ ਆਪਣਾ ਦੀਵਾ ਸ਼ੁੱਧ ਮੰਨਿਆ ਗਿਆ ਹੈ, ਮੋਮਬੱਤੀ ਤਾਂ ਆਪਣੇ ਨਹੀਂ ਜਲਾਈ ਜਾਂਦੀ ਹੈ, ਹਿੰਦੂ ਜਿਹੜੇ ਨਾ ਮੋਮਬੱਤੀ ਜਲਾਉਂਦੇ ਤਾਂ ਨਾ ਅਗਰਬੱਤੀ ਜਲਾਉਂਦੇ ਆ, ਉਹ ਦੀਵਾ ਜਲਾਉਂਦੇ, ਦੀਵਾ ਸ਼ੁੱਧ ਹੁੰਦਾ ਹੈ। ਦੇਸੀ ਘੀ ਦੇ ਦੀਵੇ ਜਲਾਉਣ ਦੇ ਨਾਲ ਵਾਤਾਵਰਨ 'ਚ ਆਕਸੀਜਨ ਪੈਦਾ ਹੁੰਦੀ ਹੈ,
एक दीवा देसी घी का जलाएंगे तो एक टन ऑक्सीजन पैदा करता दीवा, अगरबत्ती या मोमबत्ती ना कुछ पैदा नहीं होता, इतना ऑक्सीजन पैदा होती दीवे दे नाल। की प्रोसीजर रहता, किस तरह तैयार किए जाते हैं, कितना समय लग जाता है? समा तो सवेरे एक हफ्ते दीवा तैयार हो जाता जी, सुक गया एक हफ्ते बाद पट्टी लग रही है, एक हफ्ता पूरा लग जाता। हाँ जी हाँ जी, अज का दीवा जो तैयार हो पूरा हफ्ते बाद फिर कट्ठा होता एक पट्टी जोगा, फिर पट्टी लग रही फिर जाके तैयार। एक डिजाइन वाले दीवे आते हैं कलकत्ते दे ते गुजरात दे, कि वो पंजाब दे वेच नहीं पाते? नहीं पंजाब से नहीं पाते, उधर मशीन बड़ी बड़ी फैक्ट्री उन्होंने उत्थे 500 बंदा काम कर रहा फैक्ट्री च, उत्थे तैयार होंदा है, बड़ी बड़ी मशीन लगियां उन्होंने को, उत्थे रात दिन यही मिट्टी के दीवे तैयार हो रहे हैं। ਤੁਸੀਂ ਨਹੀਂ ਸੋਚਿਆ ਵੀ ਅਸੀਂ ਵੀ ਉਹ ਮਸ਼ੀਨ ਲਗਾਈਏ ਆਪਣੇ ਪੰਜਾਬ ਚ ਉਹ ਦੀਵੇ ਵੇਚੀਏ? ਨਹੀਂ, ਇਹ ਬਹੁਤ ਵੱਡੇ ਦਾਇਰੇ ਦਾ ਕੰਮ ਹੈ ਜੀ, ਸਾਡੇ ਵੱਸ ਤਾਂ ਹੈ ਨਹੀਂ ਇੰਨੀ, ਸਾਡੇ ਅੰਦਰ ਇੰਨੀ ਗੁੰਜਾਇਸ਼ ਹੈ ਨਹੀਂ, ਲੱਖਾਂ ਰੁਪਏ ਕਰੋੜਾਂ ਰੁਪਏ ਦੀ ਮਸ਼ੀਨਰੀ ਆਉਂਦੀ ਹੈ ਜੀ, ਅਤੇ ਗੈਸ ਵਾਲੀਆਂ ਭੱਠੀਆਂ ਆਉਂਦੀਆਂ, ਉਹਨਾਂ ਦੇ ਗੈਸ 'ਚ ਭੱਠੀਆਂ ਨਾਲ ਉਹ ਪੱਕਦੇ ਆ ਦੀਵੇ। ਹਾਂਜੀ, ਸਾਡੇ ਕੋਲ ਉਹ ਜੁਗਾੜ ਨਹੀਂ ਹੋ ਸਕਦਾ, ਸਾਡੇ ਕੋਲ ਇੱਥੇ ਲਿਆ ਕੇ ਵੇਚ ਸਕਦੇ। ਜ਼ਿਆਦਾ ਲੋਕ ਕਲਕੱਤੇ ਦੇ ਦੀਵੇ ਪਸੰਦ ਕਰਦੇ ਆ ਕਿ ਜਿਹੜੇ ਪੰਜਾਬ ਦਾ ਦੀਵਾ ਉਹ ਆਪਣਾ ਛੱਤਾਂ ਤੇ ਰੱਖ ਲੈਂਦੇ ਆ, ਇਹ ਥੋੜਾ ਸਸਤਾ ਮਿਲਦਾ ਹੈ ਤੇ ਉਹ ਥੋੜਾ ਮਹਿੰਗਾ ਹੁੰਦਾ, ਪਰ ਲੋਕ ਪਸੰਦ ਕਰਦੇ। ਹਾਂਜੀ ਹਾਂਜੀ ਬਿਲਕੁ�ਲ, ਜਿਸ ਤਰ੍ਹਾਂ ਕਿ ਗੱਲਬਾਤ ਕੀਤੀ ਇਸਦੇ ਨਾਲ ਤਿਆਰ ਹੋਏ ਦੀਵੇ ਵੀ ਦਿਖਾਵਾਂਗੇ ਤੁਹਾਨੂੰ, ਕਿਸ ਤਰ੍ਹਾਂ ਤਿਆਰ ਜਿਹੜੇ ਹੋ ਜਾਂਦੇ ਆ ਤੇ ਕਿਸ ਤਰ੍ਹਾਂ ਉਹਦੀ ਜਿਹੜੀ ਡੈਕੋਰੇਸ਼ਨ ਵੀ ਜਿਹੜੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਅੰਕਲ ਨੇ ਵੀ ਦੱਸਿਆ ਕਿ ਦੋ ਤਰ੍ਹਾਂ ਦੇ ਦੀਵੇ, ਇੱਕ ਤਾਂ ਬਿਲਕੁਲ ਸਿੰਪਲ ਦੀਵਾ ਆਉਂਦਾ ਜਿਹੜੇ ਆ ਬਣਾ ਰਹੇ ਆ, ਦੂਜੇ ਮਸ਼ੀਨੀ ਦੀਵੇ ਆਉਂਦੇ ਆ ਜਿਹੜੇ ਕਲਕੱਤੇ ਜਾਂ ਗੁਜਰਾਤ ਤੋਂ ਆਉਂਦੇ ਆ, ਉਹਨਾਂ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਬਿਲਕੁਲ, ਜਿਸ ਤਰ੍ਹਾਂ ਦੀਵੇ ਬਣਾਏ ਜਾਂਦੇ ਉਸੇ ਤਰ੍ਹਾਂ ਇਹਨਾਂ ਹੱਟੀਆਂ ਨੂੰ ਵੀ ਤਿਆਰ ਕੀਤਾ ਜਾਂਦਾ ਹੈ। ਦੀਵਾਲੀ ਵਾਲੀ ਰਾਤ ਨੂੰ ਪੂਜਾ ਦੇ ਸਮੇਂ ਆਪਣੇ ਬੱਚਿਆਂ ਦੀ ਜਿਹੜੇ ਅਰਦਾਸ ਜਾਂ ਪੂਜਾ ਕੀਤੀ ਜਾਂਦੀ ਹੈ, ਇਹ ਹੱਟੀ ਦੇ ਉੱਪਰ ਰੱਖ ਕੇ ਜਿਹੜੀ ਪੂਰੀ ਪੂਜਾ ਜਿਹੜੀ ਕੀਤੀ ਜਾਂਦੀ ਉਹ ਵੀ ਤਿਆਰ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਨੂੰ ਤਿਆਰ ਕੀਤਾ ਜਾਂਦਾ। ਭਾਈ ਸਾਹਿਬ ਵੀ ਮੌਜੂਦ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਇਸ ਦੇ ਨਾਲ ਛੋਟੀ ਤੋਂ ਲੈ ਕੇ ਵੱਡੀ ਤੱਕ ਹੱਟੀ ਜਿਹੜੀ ਪੂਰੀ ਤਰ੍ਹਾਂ ਤਿਆਰ ਕੀਤੀ ਹੈ, ਪੂਰੀ ਸਜਾਵਟ ਕੀਤੀ ਗਈ ਹੈ। ਕੀ ਨਾਂ ਕੀ ਜੀ ਤੁਹਾਡਾ? ਦਿਨੇਸ਼ ਭਾਜੀ। ਦਿਨੇਸ਼ ਜੀ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ? ਭਾਈ ਜਦ ਤੋਂ ਹੋਏ ਸੰਭਾਲੀਆਂ ਤੋਂ ਤਾਂ ਕਰ ਰਹੇ ਕੰਮ ਜੀ। ਦੀਵੇ ਵੀ ਬਣਾਉਂਦੇ ਹੋ ਕਿ ਇਕੱਲੀਆਂ ਹੱਟੀਆਂ ਤੁਸੀਂ ਬਣਾਉਂਦੇ? ਨਹੀਂ, ਸਾਡਾ ਹੱਟੀਆਂ ਦੇ ਕੰਮ ਆ ਜੀ ਸਾਨੂੰ। ਤੇ ਕਿੰਨੇ ਤਰ੍ਹਾਂ ਦੀਆਂ ਹੱਟੀਆਂ ਤਿਆਰ ਕੀਤੀਆਂ ਜਾਂਦੀਆਂ? ਕਾਫੀ ਜੀ, ਰੇਟ ਲਾ ਲਓ 30 ਰੁਪਏ ਤੋਂ ਲੈ ਕੇ 1000 ਤੱਕ ਜਾਂਦੀਆਂ ਹੱਟਰੀ ਦਾ ਰੇਟ। 1000 ਰੁਪਏ ਵਾਲੀ ਘੜੀ ਦਿਖਾ ਦੂੰਗਾ ਜਰਾ? ਆਹ ਰੈਡ ਕਲਰ ਭਾਜੀ। ਇਹ ਕਿੰਨੇ ਮੰਜ਼ਲੀ ਹੈ? ਇਹ 4 ਮੰਜ਼ਲ ਹੈ ਜੀ। ਮਤਲਬ ਇੱਕ ਮੰਜ਼ਲ ਤੋਂ ਸਟਾਰਟ ਹੋ ਜਾਂਦਾ ਤੇ ਇਹ ਪੂਜਾ ਵਾਲੇ ਜਿਹੜੇ ਇਸਤੇਮਾਲ ਕੀਤੀ ਜਾਂਦੀ ਹੈ? ਹਾਂਜੀ, ਪੂਜਾ। ਤੇ ਕਿਸ ਤਰ੍ਹਾਂ ਦੀ ਡਿਮਾਂਡ ਹੈ ਮਾਰਕੀਟ ਦੇ ਵਿੱਚ ਇਸਦੀ? ਡਿਮਾਂਡ ਜਿੱਦਾਂ ਇੱਕ ਵੈਲਿਊ ਦੇ ਹਿਸਾਬ ਨਾਲ ਆ, ਜਿਹਨਾਂ ਦੀ ਡਬਲ ਮੰਜ਼ਿਲ ਆ ਉਹ ਟ੍ਰਿਪਲ ਮੰਜ਼ਿਲ ਪੂਜਦੇ ਆ ਕਿ ਰੱਬ ਸਾਨੂੰ ਅੱਗੇ ਤੋਂ ਅੱਗੇ ਬੜੌਤੀ ਦੇਵੇ ਜੀ। ਪਰ ਇੱਕ ਸਮਾਂ ਇਹੋ ਜਿਹਾ ਆ ਗਿਆ ਕਿ ਚਾਈਨੀ ਸਮਾਨ ਨੇ ਜਿਹੜਾ ਬਿਲਕੁਲ ਘੁਮਿਆਰਾਂ ਦਾ ਜਿਹੜਾ ਕੰਮ ਸੀ ਉਹ ਠੱਪ ਕਰਕੇ ਰੱਖਤਾ ਸੀ। ਲੱਗਦਾ ਨਹੀਂ ਜਦੋਂ ਪ੍ਰਧਾਨ ਮੰਤਰੀ ਨੇ ਨਾਰਾ ਲਾਇਆ ਮੇਕ ਇਨ ਇੰਡੀਆ ਦਾ, ਉਸ ਤੋਂ ਬਾਅਦ ਫਿਰ ਜਿਹੜਾ ਕੰਮ ਜਿਹੜਾ ਫਿਰ ਤੇਜ਼ੀ ਨਾਲ ਜਿਹੜਾ ਸ਼ੁਰੂ ਹੋ ਗਿਆ? ਕੰਮ ਬਹੁਤ ਵਧੀਆ ਭਾਈ ਚੱਲ ਰਿਹਾ ਹੁਣ, ਮਾਰਕੀਟ ਤੁਸੀਂ ਦੇਖ ਸਕਦੇ ਹੋ, ਕਸਟਮਰ ਬਹੁਤ ਘੁੰਮ ਰਿਹਾ ਆ ਤੇ ਵਧੀਆ, ਬਹੁਤ ਵਧੀਆ ਕੰਮ ਚੱਲ ਰਿਹਾ ਜੀ। ਬਿਲਕੁਲ, ਮੈਂ ਇੱਕ ਵਾਰੀ ਇੱਧਰ ਵੀ ਦਿਖਾ ਦਿੰਦਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ। ਜਦੋਂ ਮਿੱਟੀ ਤੋਂ ਬਾਅਦ ਇਹਦੇ ਉੱਪਰ ਪੂਰੀ ਡੈਕੋਰੇਸ਼ਨ ਲਈ ਗੋਟੇ ਲਗਾਏ ਜਾਂਦੇ ਨੇ, ਪੂਰੀ ਤਰ੍ਹਾਂ ਨਾਲ ਜਿਹੜਾ ਇਸ ਨੂੰ ਸਜਾਇਆ ਜਾਂਦਾ ਹੈ। ਇਸ ਦੇ ਨਾਲ ਹੀ ਜਿਹੜੇ ਤਿਆਰ ਹੋਏ ਦੀਵੇ ਹੈਗੇ ਆ ਉਸਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਦੇ ਪੂਰੇ ਪਰਿਵਾਰ ਜਿਹੜੇ ਹੈ ਦੀਵੇ ਬਣਾਉਣ ਤੇ ਲੱਗੇ ਹੋਏ ਨੇ, ਛੋਟੇ ਛੋਟੇ ਬੱਚੇ ਵੀ ਆਪਣੇ ਜਿਹੜੇ ਮਾਤਾ ਪਿਤਾ ਦਾ ਸਾਥ ਦਿੰਦੇ ਨਜ਼ਰ ਆ ਰਹੇ। ਕਿਸ ਤਰ੍ਹਾਂ ਦੀਵਿਆਂ ਦੀ ਸਜਾਵਟ ਕੀਤੀ ਜਾਂਦੀ ਹੈ, ਰੰਗ ਬਿਰੰਗੇ ਦੀਵੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ। ਇੱਥੇ ਸਾਈਜ਼ ਦੀਵਿਆਂ ਦੇ ਸਾਈਜ਼ ਦੀ ਵੀ ਗੱਲ ਕਰੀਏ, ਛੋਟੇ ਤੋਂ ਛੋਟਾ ਸਾਈਜ਼ ਤੋਂ ਵੱਡਾ ਦੀਵਾ ਵੀ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਹੜਾ ਇੱਥੇ ਤਿਆਰ ਕੀਤਾ ਜਾਂਦਾ। ਛੋਟੇ ਛੋਟੇ ਬੱਚੇ ਜਿਹੜੇ ਦੀਵੇ ਤਿਆਰ ਕਰ ਰਹੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਕੀ ਨਾਂ ਬੇਟਾ ਤੁਹਾਡਾ? ਸੁਰਬੀ। ਸੁਰਬੀ,
अपने मम्मी के साथ काम में हाथ बटा रहे हो, कैसा लगता है? अच्छा। कितने दीवे बना दिए है? पता नहीं, गिने नहीं। कितने समय हो गया तेरे को मम्मी के साथ ऐसे काम करते? पता नहीं, वो भी नहीं पता। कौन सी क्लास में पढ़ते हो? फिफ्थ क्लास में। कितनी क्लास में थे जब शुरू कर दिए थे दीवे बनाने? पता नहीं। अच्छा लगता है काम करने में? इंटरेस्ट आता है। पढ़ते भी और साथ में मम्मी पापा का हाथ भी बटाते हो। वो भाई है साथ में? भाई नहीं, बुआ का बेटा है। बुआ का बेटा, क्या नाम है उसका? लक्ष्य। लक्ष्य बोल दे। उसको भी लगा दिया। मिलने आया था? यही रहता है फिरोजपुर। फिरोजपुर से था तो वो आया था आपके पास घूमने के लिए, आपने काम पर लगा दिया? तो खुद लगे। खुद लगा। आपको देखकर लगा होगा अभी सूर भी काम कर रही है, मैं भी करूं। बिल्कुल, तुसी देख सकते हो कि छोटे छोटे बच्चे भी जड़े दीवे बनाने लगे, रंग परंगे दीवे जड़े इतने तुम देखने मिलेंगे। इस ही जिस तरह मैं पहले भी जिक्र किया कि गुजरात से कलकत्ता के दीवे का उसकी भी जड़ी बड़ी डिमांड हैगी है, उस दिन तस्वीर भी ते साझिया करा। तस्वीर के देख सकते हो भी लोग जड़े इतने आ रहे हैं दीवे खरीदने लिए आ रहे हैं, इन्हों के नाल भी गलबात करा। की नाम है भाई साहब तुहाडा? पारुल जी। पारुल जी, मिट्टी के दीवे खरीदने आए हो? कुछ समा पहला यह जहाँ से कि लोग चाइनीज समान ज़्यादा पसंद करते? हाँ जी हाँ जी। तो किस तरह का लग रहा जी तुसी मिट्टी के दीवे जो? बहुत वधिया लग रहा जी, मिट्टी के दीवे लैके जी। मिट्टी के दीवे तो पुराना टाइम याद आ गया, मिट्टी के दीवे शुद्ध भी मनाया जाता। हाँ जी हाँ जी हाँ जी। इस करके अजकल यही कहना चाहवागे कि मिट्टी के दीवे यूज करो, चाइनीज चीज़ा घट वरतो या ऑनलाइन घट लो, दुकाना तो ज्यादा लो जी। की नाम ताडा जी? हिमानी। किस तरह की कहना चाहते हो मिट्टी के दीवे लैन लिए खरीदने लिए तुसी आए हो, की कहना चाहते? सर देखो, मिट्टी की चीज़ में जो आप यूज ही नहीं करा अपना पंजाब दे विच रहन दा कोई फायदा ही नहीं। आपाब दे विच तो आपाब की धरती दे नाले जुड़ना चाहिए। चाइनीज तो बहुत चीज़ा आ रही ने, जो हाथ की मेहनत का काम आ प्रधानमंत्री भी एक नारा लांदे ने आ रहे सन मेक इन इंडिया का, भी अपने देश च बनिया चीजा का ही जड़ा इस्तेमाल करना चाहिए ना कि चाइनीज चीज़ा का। तुसी किस तरह देखते हो? मेक इन इंडिया तो बहुत वधिया गल है और सानू खरीदनिया भी इंडियन चीज़ा चाहिए। चाइनीज चीज़ा की है, चाइना की लोग डोर वरते ने तो बच्चों हथ कट जाते हैं, पक्षी मर जाते ने, नुकसानदेह है, हार्मफुल ने। मतलब जी तुम इंडियन चीज़ा वरतोगे वह तो फायदा है, अदरवाइज तो नुकसान ही नुकसान है। इंडियन चीज़ा मिट्टी दियाँ बनिया हुई ने, चाइना पता प्लास्टिक भेजता मतलब या की चीज़ भेजता हैगा, उदा साडे एनवायरमेंट ते भी असर हुंदा। इस नाल अपने लोगों को रोजगार भी मिलता। हाँ, अपने लोगों को बिजनेस मिलेगा ही ना जी। तुसी देख लो हुण एरिया जिहड़ा इन्हां दा, और ये सारा साल बेचारे इसी चीज़ का इंतजार करते, दिवाली आएगी मंदिर बिकनगे दीवे बिकनगे, अदरवाइज तो अजकल वो भी फैशन है नहीं गा कि पुराने जमाने जिहड़े लोग मिट्टी के बर्तना पानी ठंडा रखे करते सीगे। पर फिर भी किते ना किते वो दौर वापस आता है, जबकि वो चीज़ जिहड़ी हैगी है सब तो ज़्यादा वधिया फिल्टर पुराने घड़े ही हैं, मटके ही हैं, आर ओ वरते हैं, जबकि असं आर ओ वगैरह तो सब एवं एक फजूल दी आइटम ने, एक दिखावा मात्र है कि साड़ी रसोई दे विच बहुत सोहनिया लगदियां ने। मिट्टी की चीज़ है जो या जो इंडियन चीज़ा ने जो साड़ियाँ हाथ की बनाई चीज़ा उन्हों का ज़्यादा वधिया है और सेहत लिए भी फायदेमंद है। मैं एक होर सवाल करूँगा, दो तरह के दीवे है, एक तो कलकत्ते तो तैयार होकर आए ने, एक जड़े आप तैयार करते, तुसी कड़े लेते? सर मैं दोनों तरह के दीवे परचेज किए ने। देखो मेरा तो एक थिंकिंग है, जे आप इतों परचेज करते हैं तो शायद अपना रुजगार इन्ना वध जाएगा, अच्छा हो जाएगा। इंडिया के जो आप फॉरन के जा रहे एक रुजगार लिए जा रहे हैं, जो अपन इतें इन्ना अच्छा रुजगार मिलन जाए इन फ्यूचर, मैनू नहीं लगता कोई फॉरन वाली साइड जाएगा।
ਤੇ ਇਸ ਲਈ ਦੋਨੋਂ ਤਰ੍ਹਾਂ ਦੇ ਮੈਂ ਪਰਚੇਜ਼ ਕਰ ਰਹੀ ਹਾਂ ਦੀਵੇ, ਕਿਉਂਕਿ ਲੋਕਾਂ ਦਾ ਟੇਸਟ ਦੋਨੋਂ ਤਰੀਕੇ ਦਾ ਵਾ, ਆਪਾਂ ਨੇ ਸੇਲ ਵੀ ਕਰਨੇ ਨੇ ਸ਼ੋਪ 'ਤੇ, ਤਾਂ ਮੇਰਾ ਇਹੀ ਮੰਨਣਾ ਕਿ ਮੈਂ ਇੱਥੋਂ ਲੈ ਕੇ ਜਾਵਾਂ ਅਤੇ ਆਪਣੀ ਸ਼ੋਪ 'ਤੇ ਸੇਲ ਕਰਾਂ। ਚਾਈਨੀਜ਼ ਸਮਾਨ ਨਹੀਂ ਤੁਸੀਂ ਆਪਣੇ ਦੁਕਾਨ? ਨਹੀਂ ਨਹੀਂ, ਚਾਈਨੀਜ਼ ਨਹੀਂ ਆਪਾਂ ਰੱਖਦੇ, ਆਪਾਂ ਇੱਥੇ ਲੈ ਕੇ ਜਾਂਦੇ ਹਾਂ, ਹਰ ਸਾਲ ਆਪਾਂ ਪਰਚੇਜ਼ ਕਰਕੇ ਲੈ ਕੇ ਜਾਈਦਾ, ਇੱਥੇ ਇਹਨਾਂ ਦਾ ਹੈਂਡਮੇਡ ਚੀਜ਼ਾਂ ਜ਼ਿਆਦਾ ਲੈ ਕੇ ਜਾਈਦੀਆਂ ਨੇ। ਇੱਕ ਲਾਸਟ 'ਤੇ ਮੈਸੇਜ ਜ਼ਰੂਰ ਦੇ ਦਿਓ ਲੋਕਾਂ ਨੂੰ ਵੀ ਜਿਹੜੇ ਲੋਕ ਚਾਈਨੀਜ਼ ਸਮਾਨ ਯੂਜ਼ ਕਰਦੇ। मैं तो थोड़ा पहले भी कह चुका कि चाइनीज़ आइटम सानू नहीं यूज़ करनी चाहिए, नुकसानदेह है। चाइना सिर्फ तो सिर्फ एक अपनी मार्केट लभदा कि कितने मेरा माल सेल होएगा, और उदे लिए उन्हों किसी चीज़ किसी दे नाल किसी दी सेहत दा कोई मतलब नहीं है, और वो साड़ी सेहत नूं नुकसान पहुँचाते हैं। जिवें लाइटां हैं जां डीवे लै लो जां चाइनीज़ होर समान लै लो, जिदा डोर की भी गल हुई सी, ये नुकसानदेह है। व्यापारी जुड़न लई सानू ऑनलाइन भी परचेजा घट कर चीजा भी गलत आंदियां ने, और तुहानू देख के तुसी देख के चीज खरीद सकते हो। ਤੁਸੀਂ ਮਾਰਕੀਟ ਜਾਓਗੇ ਤਾਂ ਔਨਲਾਈਨ ਪਤਾ ਨਹੀਂ ਕੀ ਭੇਜ ਦੇਣਾ ਉਹਨਾਂ ਨੇ ਕੀ ਨਹੀਂ, ਨੁਕਸਾਨ ਹੈ। ਬਿਲਕੁਲ, ਮੈਂ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾ ਦੇਣਾ ਚਾਹੁੰਦਾ ਕਿ ਜਿਹੜੇ ਦੀਵਿਆਂ ਦੀ ਵਾਰ ਵਾਰ ਜ਼ਿਕਰ ਕੀਤਾ ਜਾਂਦਾ ਸੀ, ਕਲਕੱਤੇ ਦੇ ਦੀਵੇ ਇਹ ਕਈ ਤਰ੍ਹਾਂ ਦੇ ਜਿਹੜੇ ਤਿਆਰ ਹੋ ਕੇ ਆਉਂਦੇ ਨੇ, ਤੁਸੀਂ ਦੇਖ ਸਕਦੇ ਹੋ ਕਾਫੀ ਡਿਜ਼ਾਈਨ ਹੈ। ਪਰ ਜੇ ਗੱਲ ਕਰੀਏ ਮੇਕ ਇਨ ਇੰਡੀਆ ਦਾ ਜਿਹੜਾ ਨਾਰਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦਿੱਤਾ, ਉਸਦੇ ਨਾਲ ਜਿੱਥੇ ਆਪਣੇ ਲੋਕਾਂ ਨੂੰ ਰੋਜ਼ਗਾਰ ਮਿਲਦਾ, ਉੱਥੇ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਫਾਇਦੇਮੰਦ ਵੀ ਹੁੰਦਾ, ਚਾਹੇ ਉਹ ਮਿੱਟੀ ਦੇ ਮਟਕਿਆਂ ਦੀ ਗੱਲ ਕਰ ਲਈਏ ਜਾਂ ਦੀਵਿਆਂ ਦੀ ਗੱਲ ਕਰ ਲਈਏ। ਕੈਮਰਾਮੈਨ ਰੇਸ਼ਵ ਦੇ ਨਾਲ ਮਨਵੀਰ ਸੱਭਰਵਾਲ, ਫੈਕਟ ਨਿਊਜ਼, ਜਲੰਧਰ।